vlog. Yep, yep. Maraja, utri, utri. ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ। ਇੱਕ ਵਾਰ ਫਿਰ ਤੋਂ ਵੈਲਕਮ ਹੈ ਜੀ ਸਿਆਟਲ ਸਿੰਘ ਵਲੌਗਸ ਵਿੱਚ। ਅਤੇ ਅੱਜ ਤੁਹਾਨੂੰ ਲੈ ਕੇ ਚੱਲੇ ਹਾਂ ਜੀ ਸਿਆਟਲ ਨੂੰ। ਬਾਕੀ ਹਲੇ ਕੁਝ ਵੀ ਫਾਈਨਲ ਨਹੀਂ ਕੀਤਾ ਕਿ ਆਪਾਂ ਕਿੱਥੇ ਕਿੱਥੇ ਘੁੰਮਾਂਗੇ। ਇਸ ਵੇਲੇ ਆਪਾਂ ਆਏ ਹਾਂ ਫਰੈਂਡਸ ਨੂੰ ਪਿੱਕ ਕਰਨ, ਅਤੇ ਪਿੱਕ ਕਰਕੇ ਆਪਾਂ ਚੱਲਦੇ ਹਾਂ ਸਿਆਟਲ ਵੱਲ ਨੂੰ। ਅਤੇ ਜਿਹੜੀ ਜਿਹੜੀ ਜਗ੍ਹਾ ਆਪਾਂ ਘੁੰਮਾਂਗੇ ਉਹ ਤੁਹਾਨੂੰ ਦਿਖਾਵਾਂਗੇ। ਅਤੇ ਮਿਲਦੇ ਹਾਂ ਜੀ ਅੱਗੇ। ਓ ਭਰਾ, ਪਿਛਲੇ 15 ਮਿੰਟਾਂ ਤੋਂ ਆ ਗਿਆ, ਬਸ ਕਰੀ ਜਾਣਾ, ਕਿੱਥੇ ਰਹਿ ਗਿਆ? ਪਹੁੰਚਾਇਆ, ਮੈਂ ਪੰਪ 'ਤੇ ਖਲੋਤਾ। ਦੇਖੀਏ ਕਦੇ ਝੂਠੀ ਤੇ ਨਹੀਂ ਮਾਰਦਾ। ਯਾਰ ਹੁਣ ਤੇ ਟਾਈਮ ਸਿਰ ਆ ਜਾਣ। ਮੈਂ ਕਭੀ ਨੀ ਬਹੁ, ਕਭੀ ਨੀ, ਟਾਈਮ ਕਭੀ ਨੀ ਰੁਕਤਾ ਕਿਸੀ ਕੇ ਲੀਏ। ਹਾਂ, ਕਿਸੀ ਕੇ ਨਹੀਂ ਰੁਕਤਾ। ਬਦਤਮੀਜ, ਬਦਤਮੀਜ ਬੱਚੇ ਹੈ, ਹਮ ਐਸੇ ਕਰਤੇ ਹੈ। ਉਹ ਸਾਹਮਣੇ ਭਾਜੀ ਆ, ਉਹ ਸਾਡੇ ਨਾਲ ਕਦੀ ਨੀ ਜਾਂਦੇ ਹੈਗੇ, ਦੇਖੋ। ਹੈਲੋ ਭਾਜੀ, ਆ ਜਾਓ ਇਦੋਂ, ਮੇਰੇ ਤੋਂ। ਇਹਦੇ ਤੋਂ ਤਾਂ ਅਸੀਂ ਵੀ ਨਾਰਾਜ਼ ਆ, ਮੇਰੇ ਤੋਂ ਸਾਰੇ ਹੀ ਨਾਰਾਜ਼ ਆ। ਦੇਖੋ ਤਾਂ ਮੇਰੇ ਮੰਮੀ ਡੈਡੀ ਨੀ ਖੁਸ਼ ਆ ਕਿ ਤੁਸੀਂ ਮੇਰੇ ਤੋਂ ਕੀ ਖੁਸ਼ ਹੋਣਾ ਆ। ਲੋਕੀ ਜਾਣ ਲੱਗਿਆ ਗਿਫਟ ਦੇ ਕੇ ਆਉਂਦੇ ਆ, ਗਾਰਬੇਜ ਫੜਾਇਆ ਜੀ। ਹਾਂਜੀ ਮਨਪ੍ਰੀਤ ਜੀ, ਕਿੱਥੇ ਜਾਣਾ? ਆਪਾਂ ਸਕੂਟਰ ਟਰਾਈ ਕਰੀਏ, ਕਰਦੇ ਆ ਇੰਜ ਕਰਦੇ ਆ, ਆਪਾਂ ਗੱਡੀ ਲਾਉਂਦੇ ਪਾਰਕਿੰਗ ਤੇ, ਤੇ ਆਪਾਂ ਸਕੂਟਰ ਟਰਾਈ ਕਰਦੇ ਆ। ਕਾਫੀ ਹੁਣ ਲਈ ਫਿਰਦੇ ਆ, ਦੇ ਕਰਦੇ ਆ ਕੁਛ। ਜਿਹੜਾ ਵੀ ਆਊਗਾ ਘੁੰਮਣ ਤੇ ਮਾੜਾ ਜਿਹਾ ਧਿਆਨ ਰੱਖਿਓ ਬਈ, ਕਿ ਤੁਸੀਂ ਰੌਂਗ ਵੜ ਕੇ ਤਾਂ ਮੁੜ ਕੇ ਬੜਾ ਬੜਾ ਮੌਤ ਆਉਂਦੀ ਆ। ਇੱਧਰ ਚੱਲ ਚੱਲ, ਰਾਈਟ ਕਰਕੇ ਨਾ ਚੱਲ ਚੱਲ, ਤੇ ਜਾਂ ਇੱਥੇ ਬਟਨ ਦਬਾਈ। ਹੈਲੋ, ਇਧਰ ਸੇ ਵੀ ਨਹੀਂ ਗਾੜੀ ਆ ਰਹੀ, ਇਧਰ ਸੇ ਵੀ ਨਹੀਂ ਆ ਰਹੀ, ਮੈਂ ਜਾ ਰਹਾ ਹੂੰ। ਓਏ, ਆ ਰਹੀ ਹੈ, ਇਹ ਤਾਂ ਬਦਤਮੀਜ਼ ਆ। ਕਦੋਂ ਮੈਂ ਆ ਗਿਆ ਤੇ ਆ ਗਈ ਆ ਜੀ ਆਪਣੀ ਪੀਅਰ 55, ਤੇ ਇੱਥੋਂ ਚੱਲਦੀ ਆ ਕਿਸ਼ਤੀ। Let's go.
ਦੇਖੀ ਜੱਟਾ ਉੱਤੇ ਨਾ ਚਾੜ ਦੀ ਯੂ ਗਾਇਜ਼ ਆਰ ਸੋ ਲੇਟ ਡੂਡ ਇੱਧਰ ਦੀ ਚੱਲਦੇ ਆ ਹੋਏ ਕਿਧਰੋਂ ਦੀ ਜਲਦੀ ਕੋਫੀ ਪੀਣੀ ਆ ਕੋਫੀ ਬੜੀ ਪੱਕ ਤੇ ਮੋਰ ਨਹੀਂ ਬਣਾਈ ਫਿਰਦੀ ਆ ਦਿਖਾਈ ਨਹੀਂ ਟੜ ਜਾਓ ਤੰਦਰਾ ਤੂੰ ਲੈ ਆਪਣੀ ਫੈਰੀ ਤੇ ਇਹ ਆਪਣਾ ਸਿਆਟਲ ਦਾ ਲਾਗੇ ਬੰਨੇ ਵਾਲਾ ਸਾਰਾ ਏਰੀਆ ਘੁੰਮਾਉਂਦੇ ਆ ਤੇ ਇਹਦੇ ਤੇ ਵੀ ਆਪਾਂ ਕਿਸੇ ਨਾ ਕਿਸੇ ਦਿਨ ਆਵਾਂਗੇ ਵੀਡੀਓ ਬਣਾਵਾਂਗੇ ਲਾਸਟ ਟਾਈਮ ਆਇਆ ਸੀ ਪਰ ਉਦੋਂ ਦੀਆਂ ਵੀਡੀਓ ਮੇਰੇ ਕੋਲ ਪਈਆਂ ਪਰ ਮੈਂ ਵਲੌਗ ਵਗੈਰਾ ਨੀ ਕੱਖ ਵੀ ਬਣਾਇਆ ਤੇ ਹੁਣ ਕਿਸੇ ਨਾ ਕਿਸੇ ਦਿਨ ਬਣਾਉਂਦੇ ਆ ਪਲਾਨ ਆਉਂਦੇ ਹਾਂ ਇਸ ਸਾਈਡ ਤੇ ਵੀ ਅੱਜ ਸੰਡੇ ਆ ਨਾ ਸੰਡੇ ਕਰਕੇ ਅੱਜ ਇੱਥੇ ਕਾਫੀ ਆਣੇ ਯਾਰ ਹੈਂ ਹਾਂ ਅੱਜ ਈਸਟਰ ਆ ਈਸਟਰ ਕਰਕੇ ਹਾਂ ਈਸਟਰ ਦਾ ਮੈਨੂੰ ਪਤਾ ਤਾਂ ਨਹੀਂ ਆ ਅੰਡੇ ਵਗੈਰਾ ਛਪਾਉਂਦੇ ਹੁੰਦੇ ਆ ਬੱਚੇ ਵਗੈਰਾ ਕਾਫੀ ਖੇਡਦੇ ਆ ਅਤੇ ਅੱਜ ਉਸੇ ਨੂੰ ਸੈਲੀਬ੍ਰੇਟ ਕਰਦੇ ਪਏ ਕਾਫੀ ਆਣੇ ਹੈਗੇ ਆ ਪਹਿਲੀ ਤਾਂ ਗੱਲ ਸੰਡੇ ਕਰਕੇ ਦੂਜਾ ਈਸਟਰ ਕਰਕੇ ਕੈਪਟਨ ਅਮੈਰੀਕਾ ਕੈਪਟਨ ਅਮੈਰੀਕਾ ਪ੍ਰੋ ਮੈਕਸ ਅਲਟਰਾ ਇਲੈਕਟ੍ਰਿਕ ਬਾਈਕ ਅਤੇ ਸਾਹਮਣੇ ਹੈਗਾ ਆਪਣੇ ਸੀਐਟਲ ਐਕੁਏਰੀਅਮ ਅਤੇ ਇਹਦੇ ਅੰਦਰ ਜਾਣ ਦਾ ਪ੍ਰੋਗਰਾਮ ਬਣਾਉਣ ਡੇ ਜਾ ਕੇ ਦੇਖਦੇ ਹਾਂ ਕਿ ਟਾਈਮਿੰਗ ਕੀ ਆ ਓਪਨ ਆ ਜਾਂ ਕਲੋਜ਼ ਆ ਫਿਲਹਾਲ ਮੈਨੂੰ ਲੱਗਦਾ ਬੰਦ ਆ ਯਾਰ ਅਤੇ ਬਾਕੀ ਜਾ ਕੇ ਦੇਖਦੇ ਹਾਂ ਸਟਰੀਟ ਫੂਡ ਕਰਨਾ ਟਰਾਈ ਅੰਬ ਖਾਣੇ ਅੰਬ ਨਹੀਂ ਆ ਕੁਝ ਬਿਲਡਿੰਗਸ ਯਾਰ ਇੱਥੋਂ ਦੀ ਬਹੁਤ ਹੀ ਪੁਰਾਣੀਆਂ ਹੈ ਨਾ ਆਹ ਵਾਲੀਆਂ ਅਤੇ ਆਹ ਜਿਹੜੀ ਸਾਹਮਣੇ ਵਾਲਾ ਏਰੀਆ ਉਹ ਸਾਰਾ ਹੈਗਾ ਪਾਈਕ ਪਲੇਸ ਦਾ ਅਤੇ ਜੇ ਇੱਧਰੋਂ ਆਪਾਂ ਟਾਈਮ ਨਾਲ ਵਿਹਲੇ ਹੋ ਗਏ ਅਤੇ ਆਪਾਂ ਉੱਧਰਲੀ ਸਾਈਡ 'ਤੇ ਵੀ ਜਾਵਾਂਗੇ ਉਹ ਅਸਲ 'ਚ ਪਾਈਕ ਪਲੇਸ ਕੀ ਆ ਇੱਥੋਂ ਦੀ ਮੰਡੀ ਆ ਸਬਜ਼ੀ ਮੰਡੀ ਆ ਅਤੇ ਮੋਸਟਲੀ ਇੱਥੇ ਸਮਾਨ ਕਿਹੜਾ ਮਿਲਦਾ ਕਿ ਪੋਰਕ ਹੋ ਗਿਆ ਮੱਛੀ ਹੋ ਗਿਆ ਸੀ ਫੂਡ ਸਾਰਾ ਹੀ ਜ਼ਿਆਦਾਤਰ ਉਹੀ ਉੱਥੇ ਸੇਲ ਹੁੰਦਾ ਅਤੇ ਬਾਕੀ ਹੈ ਬਹੁਤ ਪੁਰਾਣੀ ਆ ਅਤੇ ਉੱਥੇ ਹੋਰ ਵੀ ਇੱਕ ਦੋ ਚੀਜ਼ਾਂ ਹੈਗੀਆਂ ਵੇਖਣ ਵਾਲੀਆਂ ਅਤੇ ਬਾਕੀ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਸੱਜਣਾ ਐਕੁਏਰੀਅਮ ਲੱਗਦਾ ਬੰਦ ਆ ਹਾਂ ਸੰਡੇ ਕਰਕੇ ਅੱਜ ਹੈਗਾ ਐਕੁਏਰੀਅਮ ਬੰਦ ਅਤੇ ਇਹਦਾ ਤਾਂ ਹੋ ਗਿਆ ਕਾਂਟਾ ਯਪ 7 ਵਜਣ ਡਿਆ ਸੱਜਣਾ ਪਾਈਕ ਪਲੇਸ ਮਾਰਕੀਟ 0.2 ਮਾਈਲਸ ਇੱਧਰੋਂ ਜਾਣਾ ਕਿੱਦਾਂ ਆਪਾਂ ਉੱਪਰ ਹਾਂ ਪੌੜੀਆਂ ਚੜ੍ਹਨੀਆਂ ਆਪਾਂ ਇੱਥੋਂ ਓਕੇ ਇੰਨਾ ਤੂੰ ਸਪੈਡਰਮੈਨ ਹੈ ਆਹ ਮੇਰੇ ਖਿਆਲ ਨਾਲ ਲਿਫਟ ਖੁੱਲ੍ਹੀ ਨਹੀਂ ਆ ਆਪਾਂ ਸੋਚਿਆ ਸੀ ਕਿ ਇੱਥੋਂ ਚੱਲ ਈਜ਼ੀ ਹੋ ਜੂਗਾ ਉੱਪਰ ਜਾਣਾ ਪਰ ਇਹਨਾਂ ਪਤੰਦਰਾਂ ਨੇ ਸਾਰਾ ਕੁਝ ਬੰਦ ਕਰ ਰੱਖਿਆ ਲਿਫਟ ਪੌੜੀਆਂ ਸਾਰਾ ਕੁਝ ਜੀ ਬਣਾਉਣ ਹੀ ਰਹੇ ਜਿਹੜਾ ਸਾਹਮਣੇ ਪੁੱਲ ਆ ਨਾ ਉਹਦੇ ਤੋਂ ਆਪਾਂ ਜਾਣਾ ਇਹਨੂੰ ਰਾਈਟ ਸਾਈਕਲ ਹੈਗੇ ਤਾਂ ਇੱਥੇ ਬਥੇਰੇ ਆ ਪਰ ਉੱਥੋਂ ਜਾ ਕੇ ਆਪਾਂ ਪੌੜੀਆਂ ਚੜ੍ਹਦੀਆਂ ਫਿਰ ਤਾਂ ਕਿੱਦਾਂ ਲੈ ਕੇ ਜਾਣੇ ਸੋ ਫਿਲਹਾਲ ਪਲੈਨ ਕੈਂਸਲ ਆਪਾਂ ਉੱਪਰ ਜਾ ਕੇ ਵੇਖਦੇ ਹਾਂ ਆਹੋ ਲਾਸਟ ਟਾਈਮ ਜਦੋਂ ਆਪਾਂ ਆਇਆ ਪ੍ਰਿੰਸ ਨਾਲ ਆਏ ਹਨਾ ਹਾਂ ਉਦੋਂ ਆਏ ਹਾਂ ਆਪਾਂ ਨਿਊ ਈਅਰ ਸੀ ਕ੍ਰਿਸਮਸ ਸੀ ਉਦੋਂ ਕ੍ਰਿਸਮਸ ਸੀ ਕਿ ਨਿਊ ਈਅਰ ਸੀ ਨਿਊ ਈਅਰ 'ਤੇ ਆਇਆ ਅਤੇ ਸਾਰਾ ਕੁਝ ਬੰਦ ਪਿਆ ਸੀ ਕੋਵਿਡ ਕਰਕੇ ਉਹਨਾਂ ਨੇ ਸਾਰਾ ਕੁਝ ਬੰਦ ਕਰ ਰੱਖਿਆ ਕੋਈ ਵੀ ਕਾਂ ਚਿੜੀ ਨਹੀਂ ਹੈਗੀ ਉੱਥੇ ਇਹਨਾਂ ਨੂੰ ਫੋਟੋ ਖਿੱਚ ਲੈਂਦੀ ਹੈ ਖੜ ਜਾ 66 ਬਾਬਾ 66 ਆਪਾਂ ਚੱਲੇ ਹਾਂ ਜੀ ਬਾਬਾ 66 ਦੇ ਅਤੇ ਪੌੜੀਆਂ ਚੜ੍ਹੀਆਂ ਜਾ ਰਹੀਆਂ ਨੇ ਅਤੇ ਸ਼ਰਧਾਲੂ ਪੂਰੀ ਪੂਰੀ ਐਨਰਜੀ 'ਚ ਨੇ
ਪੂਰੀ એનર્ਜੀ ਚ ਗਾਹ ਦਾ ਪਤਾ ਨਹੀਂ ਆਹੋ ਕੇ ਆ ਗਏ ਫਾਈਨਲੀ ਉੱਪਰ ਇੱਧਰ ਦੇਖ ਸੈਟਲ ਡਾਊਨ ਟਾਊਨ ਦੀ ਜਿਹੜੀ ਸਕਾਈ ਲਾਈਨ ਇਹ ਹਲੇ ਅੱਧੀ ਸਕਾਈ ਲਾਈਨ ਹੈ ਅੱਧੀ ਜਿਹੜੀ ਆ ਦੂਸਰੇ ਸਾਈਡ ਤੋਂ ਦਿਖਦੀ ਆ ਉੱਧਰ ਵਾਲੀ ਸਾਈਡ ਤੋਂ ਅਤੇ ਇੱਧਰਲੀ ਸਾਈਡ 'ਤੇ ਹੈਗਾ ਸਪੇਸ ਨੀਡਲ ਜੇ ਟਾਈਮ ਬਚਿਆ ਉੱਧਰਲੇ ਪਾਸਿਓਂ ਵੀ ਵੇਖ ਕੇ ਆਵਾਂਗੇ ਵੈਸੇ ਤਾਂ ਬੰਦ ਹੋ ਗਿਆ ਹੋਣਾ ਪਰ ਜੇ ਹੋ ਸਕਿਆ ਤਾਂ ਬਾਹਰੋਂ ਖਾਵਾਂਗੇ ਇਹਨਾਂ ਦੀ ਹੋ ਗਈ ਬੱਸ ਅਤੇ ਇਹ ਇਹ ਲੱਭਣ ਡੇ ਆ ਹੁਣ ਸਾਈਕਲ ਹਾਂ ਕੈਮਰੇ ਦੇ ਸਾਹਮਣੇ ਤਾਂ ਇੱਦਾਂ ਹੀ ਕਹਿਣਾ ਹੁਣ ਤੂੰ ਜੇ ਕੈਮਰਾ ਬੰਦ ਹੋਇਆ ਨਹੀਂ ਤਾਂ ਤੇਰੇ ਵਰਗੇ ਨੇ ਉੱਥੇ ਬਹਿ ਜਾਣਾ ਲੱਭਦੇ ਪਏ ਨਾ ਕਿੱਥੇ ਜਾਣਾ ਹਾਲੇ ਮੰਜ਼ਿਲ ਦਾ ਪਤਾ ਨਹੀਂ ਹੈਗਾ ਰਾਹ ਹੀ ਆ ਦੀ ਚਾਲ ਦੱਸਣ ਦੀ ਜਟਾ ਦਸਾ ਗਿਆ ਯਾਰ ਮੈਂ ਲੋ ਚਲਾਤਾ ਆ ਜਿੱਕੀ ਵਾਲੀ ਜਿਹੜੀ ਹੁੰਦੀ ਸਿੱਧਾ ਦੀ ਹੁੰਦੀ ਸੀ ਉਹ ਨਹੀਂ ਸ਼ਾਹ ਜੀ ਇਹ ਚਿੜੀ ਉਹ ਨਹੀਂ ਆ ਉਹ ਥੱਲੇ ਤੁਹਾਨੂੰ ਡੰਡਾ ਨਹੀਂ ਦਿਖਣ ਡਿਆ ਐਡਾ ਤਗੜਾ ਆਪਾਂ ਨੂੰ ਹੈ ਇਸ ਕੇ ਉੱਪਰ ਜਾਣਾ ਪੜੇਗਾ ਇੱਥੇ ਪਾਈਕ ਪਲੇਸ ਕੇ ਲਈ ਇੱਥੇ ਖੜ ਜਾ ਮੰਮਾ ਮੈਪ ਤੇ ਪਾ ਲਾ ਉਹ ਦਿਨ ਦੇ ਬੱਸ ਕਰਾ ਦੇ ਹਾਂ ਇਹ ਪਾਈਕ ਪਲੇਸ ਤੇ ਗਿਆ ਕਿੱਥੇ ਆ ਸਾਹਮਣੇ ਸ਼ੁਕਰ ਹੈ ਪਿੰਡ ਦੀ ਅੱਖਾਂ ਕੰਮ ਕਰਦੀਆਂ ਕਹਿੰਦੇ ਭਾਈ ਸਲੂਟ ਪਾਈਕ ਪਲੇਸ ਮਾਰਕੀਟ ਆਪਾਂ ਇੱਧਰ ਜਾਣਾ ਸੱਜਣਾ ਓਕੇ ਇੱਥੇ ਓਪਨ ਹੋਇਆ ਸੀ That was maybe in 1954 ਇੱਥੇ ਕਿਤੇ ਆ ਸਾਹਮਣੇ ਆ ਜੀ ਆ ਰਿਹਾ ਜੀ ਆ ਸਾਹਮਣੇ ਦੇਖ ਰਿਹਾ ਤੁਹਾਨੂੰ ਆ ਸਟਾਰਬਕਸ ਹੈ ਤਾਂ ਆਰਡੀਨਰੀ ਸਟਾਰਬਕਸ ਵਰਗਾ ਸਟਾਰਬਕਸ ਆ ਪਰ ਬਿਲਡਿੰਗ ਇਹਦੇ ਆ ਸੀ ਕਿਆ ਪੁਰਾਣੀ ਬਿਲਡਿੰਗ ਅਨਟਚਡ ਡਿਕ ਸਾਹਿਬ ਦੀ ਹਾਂ ਸਾਰੀਆਂ 올ਡ ਬਿਲਡਿੰਗਸ ਕਾਫੀ ਕਰਨੀ ਟਰਾਈ ਇਥੋਂ ਦੀ ਸੰਗਤਾਂ ਬਥੇਰੀਆਂ ਆਉਂਦੀ ਵਾਰੀ ਕਰਦੇ ਆ ਟਰਾਈ ਪਹਿਲਾਂ ਇਧਰੋਂ ਵੇਖ ਆਈਏ ਹਨਾ ਅੱਜ ਤੋਂ ਪਾਈਕ ਪਲੇਸ ਸ਼ੁਰੂ ਹੋ ਜਾਂਦੀ ਆ ਪਾਈਕ ਪਲੇਸ ਕਹਿ ਰਹੇ ਹਨਾ ਹਾਂ ਇਹਨੂੰ ਪਾਈਕ ਪਲੇਸ ਮਾਰਕੀਟ ਕਹਿੰਦੇ ਜ਼ਿਆਦਾਤਰ ਹਾਂ Vlog. You guys a YouTube channel? Yep, yep. What YouTube are you guys? My channel is SeattleSinghVlog. Seattle? I'm Eric the goat guy. Huh? Eric the goat guy. Eric the goat guy. Yeah. Just like, subscribe, and share the video. Sure, man, sure. Yeah, man. Yeah. Goat guy. Yeah, that's me, man. I'm making videos. Every day is a new destiny. Every moment is a new opportunity. You never know what life will give you, but you know, you just got take whatever life give you, man, you know? Exactly. I just started like a few days ago, and this is my third video. Wait, this is your third video? Yeah, third video. Man, you're going to be big one day, man. I believe in you. Thank you, man. Yeah, right there, the top one. Right there. Man, you're famous. Yeah, and then you see I'm live. This one? Yeah, first time. Yeah, first see. Right there. Oh, we are here. What's up, Daddy God Guy? Nice to meet you, man. Good guy. What are your channel? What are you? Oh, my channel is SeattleSinghVlogs. You got 95. We usually walk around here, make a video in Seattle, in Snoqualmie.
Sure. All right, well, please like, subscribe, share the video. See you soon, man. Thank you. Maybe you get to 1 million before I do. Who knows? Who knows? Bye-bye. Nice to meet you. See ya. Hey, we banda hi. Eric the goat guy, no subscribe karo bande no. ਇਹ ਹਲਵੇ ਇੱਥੇ ਹੀ ਹਮੇਸ਼ਾ ਘੁੰਮਦਾ ਆ ਕਹਿੰਦਾ ਕੋਈ ਪ੍ਰੋਟੈਸਟ ਦੀ ਵੀਡੀਓ ਹੁੰਦੀ ਆ ਕੋਈ ਵੀ ਇਦਾਂ ਵੀਡੀਓ ਹੁੰਦੀ ਇੱਥੇ ਕੋਈ ਹੁੰਦਾ ਆ ਪ੍ਰੋਗਰਾਮ ਖਾਸ ਉਹਨੂੰ ਇਹ ਸ਼ੂਟ ਕਰਦਾ ਆ ਤੇ ਆਪਾਂ ਚੱਲੇ ਆ ਜੀ ਹੁਣ ਪਾਈਕ ਪਲੇਸ ਮਾਰਕੀਟ ਚ ਤੇ ਮੈਨੂੰ ਲੱਗਦਾ ਬੰਦ ਕਰਦੀ ਆ ਸੰਡੇ ਕਰਕੇ ਈਸਟਰ ਕਰਕੇ ਕਲੋਜ਼ ਆ ਬਾਕੀ ਆ ਜਿਹੜੀ ਥਾਂ ਤੇ ਮੋਸਟਲੀ ਮੱਛੀਆਂ ਆ ਮੱਛੀਆਂ ਸੂਰ ਹੀ ਸੂਰ ਵੱਢ ਕੇ ਲਾਇਆ ਹੁੰਦਾ ਇਹਨਾਂ ਨੇ ਇਹ ਗੋਰਿਆਂ ਦੀ ਸਬਜ਼ੀ ਮੰਡੀ ਆ ਤੇ ਆ ਦੇਖੋ ਕੈਮਰੇ ਤੇ ਨੀ ਕਹਿਣੀਆਂ ਪੜਦੇ ਆਉਣਾ ਚਾਹੀਦਾ ਯਾਰ ਇੱਥੇ ਹਨਾ ਪਰ ਟਾਈਮ ਹੀ ਅੱਜ ਲੱਗਾ ਸੀ ਇੱਕ ਸਾਲ ਦਾ ਕਿੱਥੇ ਓਕੇ ਅਸੀਂ ਆਏ ਸੀਗੇ ਉਹਨਾਂ ਨੇ ਫੋਟੋ ਖਿੱਚ ਲਈ ਕਹਿੰਦੇ ਮੋਹਰੇ ਲਾਉਣੀ ਆ ਮਾੜਾ ਜਿਹਾ ਉਤਰੀ 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 ਦੋ ਮਿੰਟ ਮਾੜਾ ਦੂਰ ਨਹੀਂ ਕਰੂਗਾ ਕੋਈ ਗੱਲਬਾਤ ਉਮੀਦ ਤਾਂ ਹੈਗੀ ਹਾਂ ਤੇਰੀ ਜਾਏ ਕਰਦਾ ਵਿਆਹ ਉਹ ਪੂਰਾ ਵੀਕਐਂਡ ਆ ਹਨਾ ਇਕੱਲਾ ਤੁਰਿਆ ਫਿਰਦਾ ਦੇਖ ਲਾ ਤੁਹਾਨੂੰ ਆਪਾਂ ਲੈ ਕੇ ਚੱਲੇ ਹੁਣ ਵੱਖਰੀ ਜਿਹੀ ਥਾਂ 'ਤੇ ਇੱਕ ਵਾਲ ਆ ਬੜੇ ਹੀ ਅਨੋਖੇ ਜਿਹੇ ਰੀਜ਼ਨ ਕਰਕੇ ਫੇਮਸ ਆ ਉਹਨਾਂ ਨੂੰ ਉੱਤੇ ਆ ਵਿਖਾਉਂਦੇ ਹਾਂ ਕਿਹੜਾ ਰੀਜ਼ਨ ਆ ਪਾਊ ਕਹਿੰਦਾ ਕਰਦਾ ਮੈਂ ਟਰਾਈ ਚੱਲ ਜਾਓ ਭਰਾ ਹੌਲੀ ਹੌਲੀ ਪਾ ਗਏ ਨਹੀਂ ਹਮ ਭੈਣ ਜੀ ਯਾਦ ਤਾਂ ਪਹੁੰਚ ਗਏ ਆਪਾਂ ਵਾਲ ਤੇ ਤੁਹਾਨੂੰ ਕਲਾਕਾਰੀ ਦੇਖ ਪੈਂਦੀ ਇੱਥੇ ਇਹ ਕੰਧ ਬਹੁਤ ਹੀ ਫੇਮਸ ਆ ਕਿਉਂ ਕਿਉਂਕਿ ਸਾਰੀ ਸਾਰੀ ਵਾਲ ਚਵਿੰਗਮ ਨਾਲ ਭਰੀ ਹੋਈ ਆ ਖਾ ਖਾ ਕੇ ਲੋਕ ਇੱਥੇ ਚਵਿੰਗਮ ਲਾਈ ਜਾਂਦੇ ਆ ਅਤੇ ਸਾਰੀ ਵਾਲ ਇੱਥੇ ਚਵਿੰਗਮ ਨਾਲ ਹੀ ਭਰੀ ਪਈ ਆ ਉਹ ਜਿੱਥੋਂ ਤੱਕ ਕੀ ਤੱਕ ਤੁਹਾਨੂੰ ਦਿਖਣ ਡਿਆ ਮੈਂ ਅੱਗੇ ਦਿਖਾਉਂਦਾ ਤੁਹਾਨੂੰ ਅਤੇ ਲੋਕ ਇੱਥੇ ਕਾਫੀ ਘੁੰਮਣ ਆਉਂਦੇ ਆ ਇਸ ਚੀਜ਼ ਨੂੰ ਕੰਧ ਨੂੰ ਦੇਖਣ ਲਈ ਆਉਂਦੇ ਇੱਥੇ ਅਤੇ ਮੈਨੂੰ ਲੱਗਾ ਤੁਹਾਨੂੰ ਵੀ ਦਿਖਾਉਣੀ ਚਾਹੀਦੀ ਸੋ ਅਸੀਂ ਆ ਗਏ ਇਧਰਲੀ ਸਾਈਡ 'ਤੇ ਯੋਗਦਾਨ ਪਾਉਣਾ ਇੱਥੇ ਤੁਸੀਂ ਹੋਏ ਸਾਰੀ ਕੰਧ ਇੱਥੇ ਬਲਬਲ ਗਾਉਣਾ ਭਰੀ ਇਹਨਾਂ ਨੇ ਚਿੰਗਮਾਂ ਨਾਲ ਪਤਾ ਨਹੀਂ ਕਿੰਨੇ ਕੁ ਫਲੇਵਰ ਇਕੱਠੇ ਕੀਤੇ ਇਹਨਾਂ ਨੇ ਇੱਕ ਕੰਧ 'ਤੇ ਰੰਗੋ ਰੰਗੀ ਓਏ ਕਰਨੀ ਟੇਸਟ ਕੋਈ ਜੇ ਤੇ ਉਂਗਲੀ ਲਾਏਗਾ ਉਹ ਹੀ ਕਢਾ ਦਾਂਗੇ ਗੱਲ ਕਰ ਉਹ ਵੀ ਸ਼ਾਮ ਟਾਈਮ ਇਹਦੀਆਂ ਜਗਾ ਦਿੰਦੇ ਬੱਤੀਆਂ ਸੋਹਣਾ ਲੱਗਦਾ ਹੈ ਨਾ ਲੈਣੀ ਰਾਈਡ ਇਹਦੀ ਉਹ ਆਪਣਾ ਚਲੋ ਜਾ ਕੇ ਵੇਖਦੇ ਯਾਰ ਕਰਦੇ ਇੰਜੋਏ ਆਪਾਂ ਚੱਲੇ ਹੁਣ ਸਿਆਟਲ ਗ੍ਰੇਟ ਵੀਲ ਕਿੱਦਾਂ 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 ਫਿਰ ਨਾਚੋ ਹੈਗੀ ਆ ਕੋਈ ਚੀਜ਼ ਸੋ
Chalo. Aajo. Thank you. Yeah, thank you. I could like the next year. Chalo ji. Chalte hain wheel ke upar. Yeah, sure. Thank you. Thank you. Nope. Yeah. All right, come on in. You can just, for the memories. Or? Just take it for fun. It's like a green screen in the background. Looks like it. Okay. Ready? Come on. Thank you. Enjoy. You do. ਇਹ ਗੱਲ ਨਹੀਂ ਸੱਜਣਾ ਫੇਰ ਕਦੀ ਕਰਾਵਾਂਗੀ ਮੈਂ ਡਰ ਤਾਂ ਨਹੀਂ ਲੱਗਦਾ ਭਾਊ ਨੋ 10% ਕਰ ਦੇ ਬੰਦ ਇੱਥੇ ਬੇੜੀ ਲੈ ਕੇ ਚੱਲੀਏ ਘੁੰਮ ਜਾ ਨਹੀਂ ਕਿਸੇ ਦੇ ਲੈ ਗਿਆ ਆਨਲਾਈਨ ਤੇਲ ਮੁੱਕ ਗਿਆ ਉਹਦਾ ਉਹ ਆ ਬੰਦ ਹੋ ਜਾ ਨਹੀਂ ਵਿਚਾਰਾ ਕਿਸੇ ਦੇ ਪਿੱਛੇ ਪਾ ਕੇ ਲਿਆ ਸਾਨੂੰ ਦੁਬਾਰਾ ਕਰ ਚਲੋ ਲੈਟਸ ਗੋ ਬੜੀਸ Thank you. Chal vi sajna 26 number ch. Main puchna bhai main 27 ch. Hain? Main 27 na bhai main. Baja. Baja. Oh vad ja andar. Le jao. Main udhar aaya na tu manne ni. Heat lagi hai na vich te. Oh yaar yaar. Te sardiyan jaisi vi launde honge is saal da vich. Aaho. Sahi hai. You go 3 times around. If you have any emergencies, hit that red button at the top right there. Okay. ਤੇ ਆ ਗਿਆ ਸਿਆਟਲ ਪੋਰਟ ਪੋੜੀ ਆ ਨਾ ਇੱਥੇ ਉੱਤਰਦੇ ਸਾਰੇ ਕੰਟੇਨਰ ਵਗੈਰਾ ਟਰੱਕਾਂ ਦਾ ਕੰਮ ਇੱਥੇ ਚੱਲਦਾ ਫਿਰ ਆ ਹੈਗੀ ਆ ਸਿਆਟਲ ਸਕਾਈਲਾਈਨ ਇੱਥੋਂ ਆ ਦੇਖ ਰਿਹਾ ਆਪਣਾ ਕੀ ਆ ਕਿਦਾਂ ਲੈਫਟ ਸਾਈਡ ਸਪੇਸ ਨਹੀਂ ਇੰਡੀਆ ਵਾਲੇ ਚੰਡੋ ਵਰਗੀ ਇੱਥੇ ਗੱਲ ਨਹੀਂ ਹੈਗੀ ਬਿਲਕੁਲ ਵੀ ਉਹਦਾ ਉੱਪਰ ਜਾਂਦਾ ਠੀਕ ਆ ਥੱਲੇ ਆਉਂਦੇ ਆਉਂਦੇ ਲੱਤਾਂ ਦੇ ਜਾਨ ਨਿਕਲ ਜਾਂਦੀ ਹੈ निकलो बह बह के बहुत झूठे माड़े हो गए ਆ ਗਈ ਬੀਬੀ ਬੀਬੀ ਹੋਣ ਲੱਗੀ ਆ ਥੈਂਕ ਯੂ ਗੁੱਡ ਨਾਈਟ ਯੂ ਫੋਨ ਨਾ ਸੁੱਟ ਨਹੀਂ ਜੱਟ ਉਹ ਝੂਟਾ ਲਾਣਾ ਓਏ ਲੋ ਵੀ ਆਪਾਂ ਹੁਣ ਆ ਗਿਆ ਬਾਹਰ ਰਾਈਡ ਵਾਸ ਗੁੱਡ ਪਰ ਇੰਡੀਆ ਵਾਲਾ ਮਜ਼ਾ ਨਹੀਂ ਹੈਗਾ ਇਹਦੇ 'ਚ ਇੰਡੀਆ ਵਾਲੀਆਂ ਚੀਕਾਂ ਕਢਾ ਦਿੰਦੀਆਂ ਆਹ ਇੱਥੇ ਲਿਖਿਆ ਡੀਪ ਫਰਾਈਡ ਕਹਿੰਦਾ ਪੰਜਾਬੀ ਢਾਬਾ ਲੱਗਦਾ ਮੈਨੂੰ ਡੀਪ ਫਰਾਈਡ ਲਿਖਿਆ ਹੈ ਹਾਂ ਡੀਪ ਫਰਾਈਡ ਆ ਗਈ ਦੀਪ ਮਜ਼ਾ ਗੁਰੂਆ ਸਾਡੇ
ਕੀ ਖਾਣਾ ਇੱਥੇ ਨਹੀਂ ਕੋਈ ਆਪਾਂ ਗੱਡੀ ਚੱਕਦੇ ਆ ਹਾਂ ਗੱਡੀ ਚੱਕ ਕੇ ਤਾਂ ਕੀ ਖਾਣਗੇ ਨੇੜੇ ਨੇ ਕੀ ਖਾਣਗੇ ਬਰਗਰ ਬਰਗਰ ਵਾਲਾ ਦੇ ਦੇ ਨੇੜੇ ਚਲੋ ਕੁਝ ਹੋਰ ਖਾਣਾ ਕਿਸੇ ਵੀਗੜੇ ਵਿੱਚ ਆਏ ਤਾਂ ਫੇਰ ਆਵਾਂਗੇ ਇੱਧਰ ਆ ਪਾਰਕਿੰਗ ਸੱਜਣਾ ਆਪਣੀ ਆ ਚੱਲੀ ਜਾ ਬੰਦਾ ਨਾ ਵੀਗੜੇ ਚ ਰਵੇ ਤੱਕ 2 ਦਿਨ ਜਿੱਦ ਰਹਿਣਾ ਹੋਵੇ ਫੇ ਬੰਦਾ ਚਲੋ ਲੇਟ ਹੋਈ ਆ ਕੈਨੇਡਾ ਚਲ ਜਾਵੇ ਲਓ ਜੀ ਹੁਣ ਆਪਾਂ ਆ ਗਏ ਹਾਂ ਵਾਪਸ ਆਪਣੀ ਪਾਰਕਿੰਗ 'ਚ ਅਤੇ ਜਿਹੜੀ ਜਿਹੜੀਆਂ ਚੀਜ਼ਾਂ ਵੇਖਣ ਨਿਕਲੇ ਹਾਂ ਸਾਰੀਆਂ ਦੇ ਸਾਰੀਆਂ ਤਾਂ ਨਹੀਂ ਵੇਖੀਆਂ ਗਈਆਂ ਮੋਸਟਲੀ ਬੰਦ ਸੀ ਕਿਉਂਕਿ ਅੱਜ ਈਸਟਰ ਸੀ ਜਾਂ ਫਿਰ ਸੰਡੇ ਸੀ ਅਤੇ ਬਾਕੀ ਜਿੰਨਾ ਵੀ ਆਪਣਾ ਰਿਹਾ ਅੱਜ ਦਾ ਦਿਨ ਸ਼ਾਮ ਬਹੁਤ ਵਧੀਆ ਨਿਕਲ ਗਈ ਅਤੇ ਹੁਣ ਆਪਾਂ ਕਰਦੇ ਹਾਂ ਇੱਥੇ ਵੀਡੀਓ ਖਤਮ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਬਾਕੀ ਇੱਦਾਂ ਹੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਆਪਣੀ ਵੀਡੀਓ ਦੀ ਕੁਆਲਿਟੀ ਹੋਰ ਦੀ ਹੋਰ ਵਧੀਆ ਕਰਦੇ ਰਹਾਂਗੇ ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ।